ਅਸੀਂ ਨਾ ਬੜੇ ਹੀ ਪ੍ਰਿਵਲੇਜ ਹੁੰਦੇ ਹਾਂ ਸਾਡੇ ਸ਼ਹਿਰਾਂ ਦੇ ਵਿੱਚ ਬੜੇ ਬੜੇ ਮੈਟਰੋਜ਼ ਹੁੰਦੇ ਆ ਮਲਟੀਕਲਚਰਲ ਸ਼ਹਿਰ ਹੁੰਦੇ ਆ ਸੁੱਖ ਸੁਵਿਧਾਵਾਂ ਬਹੁਤ ਜ਼ਿਆਦਾ ਹੁੰਦੀਆਂ ਨਾ ਲੇਕਿਨ ਫਿਰ ਵੀ ਅਸੀਂ ਥੋੜ੍ਹੀ ਜਿਹੀ ਮੁਸੀਬਤ ਆ ਜਾਓ ਢੇਰੀ ਢਾ ਜਾਂਦੇ ਨਾ ਇਸ ਬੱਚੇ ਦੀ ਕਮਾਲ ਦੀ ਗੱਲ ਮੈਂ ਦੱਸਣਾ ਚਾਹੂੰਗਾ ਇਹਦੇ ਨਾਲ ਇੱਕ ਹੋਰ ਵੀ ਗੱਲਾਂ ਸਾਂਝੀਆਂ ਕਰਦੀਆਂ ਅੱਗੇ ਜਾ ਕੇ ਬੱਚੇ ਕਾਫੀ ਸਾਰੇ ਪਹਾੜ ਸੁਣਾਉਂਦੇ ਮੈਂ ਸੁਣਿਆ 19-20 ਦੇ ਹੋਰ ਲੈ ਕੇ ਹਾਂ ਕਾਫੀ ਸਾਰੇ ਹੈ 25 ਤੱਕ ਆਉਂਦੇ ਆ ਮੈਨੂੰ ਤਾਂ ਸ਼ਾਇਦ ਦਸ ਤੱਕ ਵੀ ਨਹੀਂ ਆਉਂਦਾ ਸੱਚੀ ਦੱਸਾਂ ਮੈਨੂੰ 10 ਤੱਕ ਵੀ ਨਹੀਂ ਆਉਂਦਾ ਬੱਚੇ ਨੂੰ 25 ਤੱਕ ਆਉਂਦਾ 10 ਸਾਲ ਦੇ ਹੋ ਕਿਹੜੀ ਕਲਾਸ ਤੋਂ 11 ਸਾਲ ਦੇ ਹੋ ਕਿਹੜੀ ਕਲਾਸ ਤੋਂ 5th ਕਲਾਸ ਦੇ ਆ ਅਸੀਂ ਦੇਖੋ ਸਾਡੇ ਬੱਚੇ ਕਿੰਨੇ ਮਹਿੰਗੀਆਂ ਮਹਿੰਗੀਆਂ ਟਿਊਸ਼ਨਾਂ ਪੜ੍ਹਦੇ ਆ ਔਰ ਆਪਾਂ ਸੋਚੀਏ ਸਾਡੇ ਬੱਚੇ ਨੂੰ 5ਵੀਂ ਕਲਾਸ ਦੇ ਬੱਚੇ ਨੂੰ ਕਿੱਥੇ ਤੱਕ ਪਹਾੜਾ ਆਉਂਦਾ ਆਪ ਸੋਚ ਕੇ ਦੇਖਿਓ ਇਹ ਵਿਚਾਰਨ ਦੀ ਗੱਲ ਹੈ ਇਹ ਵਿਚਾਰਨ ਦੀ ਗੱਲ ਹੈ ਅਸੀਂ ਪਬਲਿਕ ਸਕੂਲ ਜਾਂ ਕਾਨਵੈਂਟ ਸਕੂਲ ਦੇ ਕਲਚਰ ਦੇ ਵਿੱਚ ਨਾ ਆਹ ਚੀਜ਼ਾਂ ਭੁੱਲ ਗਏ ਹਾਂ ਹੈ ਨਾ ਇਹ ਚੀਜ਼ਾਂ ਭੁੱਲ ਗਏ ਹਾਂ ਇਹ ਬਿਲਕੁਲ ਪੋਸੀਬਲ ਹੈ ਨਾ ਸੋ ਹੋਰ ਤਾਂ ਕਬੱਡੀ ਖੇਡਦੇ ਹੋ ਹੈ ਨਾ ਅੱਜ ਸਵੇਰੇ ਕਿੰਨੇ ਵਜੇ ਉੱਠੇ ਸੀ 3 ਵਜੇ 3 ਵਜੇ ਉੱਠ ਜਾਂਦੇ ਹੋ ਸਾਡੇ ਬੱਚੇ ਦਾ ਮੈਨੂੰ ਲੱਗਦਾ 9 ਵਜੇ ਜਾਂ 11 ਵਜੇ ਰਜਾਈਆਂ 'ਚੋਂ ਨਿਕਲ ਰਹੇ ਹੁੰਦੇ ਨਾ ਦੇਖ ਲਓ ਨਾ 3 ਵਜੇ ਬੱਚਾ ਨਿਕਲ ਜਾਂਦਾ ਫਿਰ ਕਿਆ ਕਿਆ ਕਰਦੇ ਹੋ ਝਾੜੂ ਉੱਚਾ ਬੋਲੋ ਰੋਟੀ ਖਾਈ ਅੱਜ ਦੇਖੋ ਮੈਂ ਖਾਧੀ ਹੋਈ ਮੈਂ ਉੱਚਾ ਬੋਲਦਾ ਨਾ ਬੋਲੋ ਬੋਲ ਦੱਸੋ ਝਾੜੂ ਪੋਚਾ ਵੀ ਆਪ ਕਰ ਦਿੰਦੇ ਹੋ ਹਾਂ ਛੋਟੇ ਭਰਾਵਾਂ ਨੂੰ ਤਿਆਰ ਵੀ ਆਪ ਕਰਦੇ ਹੋ ਹਾਂ ਠੀਕ ਹੈ ਵੈਰੀ ਗੁੱਡ ਉਸ ਤੋਂ ਬਾਅਦ ਸਕੂਲ ਜਾਂਦੇ ਹੋ ਔਰ ਸਕੂਲ ਜਾ ਕੇ ਕਬੱਡੀ ਵੀ ਮੁੜ ਕੇ ਖੇਲਦੇ ਹੋ ਰੋਜ਼ ਪ੍ਰੈਕਟਿਸ ਕਰਦੇ ਹੋ ਕਬੱਡੀ ਦੀ ਜੀ ਹੁਣ ਨਹੀਂ ਕਰਦੇ ਪਹਿਲਾਂ ਕਰਦੇ ਸੀ ਜਦ ਮੈਂ ਪਿਛਲੀ ਵਾਰ ਆਇਆ ਸੀ ਕਿਸੇ ਟੂਰਨਾਮੈਂਟ 'ਚ ਖੇਡਣ ਗਏ ਹੋਏ ਸੀ ਕਿੱਥੇ ਗਏ ਸੀ ਖੇਡਣ ਸਾਹਨੇਵਾਲ ਗਏ ਸੀ ਸਾਹਨੇਵਾਲ ਖੰਨੇ ਲੱਗੇ ਜਿਹੜਾ ਲੁਧਿਆਣਾ ਜ਼ਿਲ੍ਹੇ 'ਚ ਪੈਂਦਾ ਨਾ ਸੋ ਉੱਥੇ ਵੀ ਖੇਡਣ ਜਾਂਦੇ ਹੋ ਨਾਮ ਚ ਆਈ ਹੈ ਜੀ ਉੱਥੋਂ ਹਾਂਜੀ ਮੈਡਲ ਲਿਆਈ ਜ਼ਿਲ੍ਹੇ 'ਚ ਖੇਡੀ ਹੈ 10 ਸਾਲ ਦਾ ਬੱਚਾ ਹੈ ਰਿਸੋਰਸਿਸ ਘੱਟ ਨੇ ਰਿਸੋਰਸਿਸ ਲਿਮਿਟਿਡ ਨੇ ਬਟ ਫਿਰ ਵੀ ਬੱਚਾ ਪੜ੍ਹਾਈ ਦੇ ਵਿੱਚ ਵੀ ਅੱਛਾ ਹੈ ਡੋਮੈਸਟਿਕਲੀ ਆਪਣੇ ਘਰ ਪਰਿਵਾਰ ਦੀ ਸਾਰੀ ਮਦਦ ਵੀ ਕਰਦਾ ਔਰ ਪੜ੍ਹਾਈ ਦੇ ਵਿੱਚ ਅਕੈਡਮਿਕਲੀ ਵੀ ਬਹੁਤ ਚੰਗਾ ਹੈ ਨਾ ਸੋ ਬੜਾ ਹੀ ਹੋਨਹਾਰ ਬੱਚਾ ਹੈ ਜੈਟ ਸਿੰਘ ਭਾਅ ਜੀ ਨਾਲ ਗੱਲ ਹੋਈ ਸੀ ਜਿਵੇਂ ਇੱਕ ਆਪਾਂ ਇੱਕ ਗੱਲ ਕਰਦੇ ਹਾਂ ਕਿ ਸਿਰਫ 10 ਪਾਉਂਡ ਹੈ ਨਾ 1000 ਰੁਪਏ ਬਣ ਜਾਂਦਾ ਇਸ ਬੱਚੇ ਦੇ ਲਈ ਡਾਇਟ ਦੇ ਵਿੱਚ ਐਕਸਟੈਂਡ ਕਰਦਾ ਜਦ ਘਰ ਕੰਪਲੀਟ ਹੋ ਜਾਏਗਾ ਉਸ ਟਾਈਮ ਦੇਣ ਆਵਾਂਗੇ ਤਾਂ ਉਹ ਖਰਚਾ ਨਾਲ ਐਡ ਕਰਾਂਗੇ ਪੂਰੇ ਸਾਲ ਦਾ ਹੈ ਨਾ ਸੋ ਇਹ 10 ਪਾਉਂਡ ਦੀ ਵੈਲਿਊ ਹੁੰਦੀ ਹੈ ਕਿਸੇ ਦੇ ਲਈ ਹੈ ਨਾ ਮਹੀਨੇ ਦਾ ਦੁੱਧ ਦਾ ਖਰਚਾ ਆ ਜਾਂਦਾ ਸੋ ਬਹੁਤ ਸ਼ੁਕਰਾਨ ਹੈ ਬਹੁਤ ਜ਼ਿਆਦਾ ਸ਼ੁਕਰਾਨ ਹੈ ਗੁਰੂ ਸਾਹਿਬ ਦੀ ਸੰਗਤ ਦਾ ਜੋ ਹਮੇਸ਼ਾ ਵੱਧ ਚੜ੍ਹ ਕੇ ਸਹਿਯੋਗ ਕਰਦੇ ਹਾਂ ਇਕੱਠੇ ਰਲ ਮਿਲ ਕੇ ਸੇਵਾ ਦੇ ਵਿੱਚ ਸਾਥ ਨਿਭਾ ਪਾਉਂਦੇ ਹਾਂ ਬਹੁਤ ਸਾਰੀ ਸੇਵਾਵਾਂ ਵੱਖ ਵੱਖ ਚੱਲ ਰਹੀਆਂ ਨੇ ਹੁਣ ਸਕੂਲਾਂ ਦੀ ਸੇਵਾ ਸ਼ੁਰੂ ਹੋ ਰਹੀ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮੋਹਾਲੀ ਔਰ ਪਟਿਆਲੇ ਜ਼ਿਲ੍ਹੇ ਦੇ ਵਿੱਚ ਉਸ ਦੇ ਵਿੱਚ ਵੀ ਲਗਾਤਾਰ ਬੇਨਤੀਆਂ ਰਹਿਣਗੀਆਂ ਕਿਉਂਕਿ 32 ਸਕੂਲਾਂ ਦੇ ਵਿੱਚ ਵਰਦੀਆਂ ਦੀ ਸੇਵਾ ਚੱਲਣੀ ਹੈ ਸੋ ਸਾਰੀ ਸੇਵਾਵਾਂ ਪੈਰਲ ਚੱਲ ਰਹੀ ਹੈ ਕੋਈ ਵੀ ਸੇਵਾ ਰੋਕੀ ਨਹੀਂ ਜਾ ਰਹੀ ਤੁਹਾਡੇ ਤੋਂ ਸੰਗਤ ਤੋਂ ਇਹੀ ਬੇਨਤੀਆਂ ਰਹਿੰਦੀਆਂ ਕਿ ਜ਼ਰੂਰ ਪੋਜ਼ਿਟਿਵਿਟੀ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਲੋਕ ਸਟ੍ਰੈਸ ਦੇ ਵਿੱਚ ਨੇ ਲੋਕ ਬਹੁਤ ਪਰੇਸ਼ਾਨ ਨੇ ਤਾਂ ਪੋਜ਼ਿਟਿਵ ਮੈਸੇਜਸ ਦੇਣੇ ਬਹੁਤ ਜ਼ਰੂਰੀ ਹੈ ਨਾ